ਬਠਿੰਡਾ 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 ਰਹਿੰਦੇ ਆ ਕਹਦੇ ਬਠਿੰਡਾ ਰਾਮ ਜੀ ਦਾ ਜੇ ਬੱਚੇ ਨੌਕਰੀ ਕਰਦੇ ਸੀ ਹਾਂ ਰਿਟਾਇਰ ਹੋ ਗਿਆ ਦੀ ਮੁੰਡਾ ਵੱਡਾ ਰਿਟਾਇਰ ਹੋ ਗਿਆ ਉਹ ਕੀ ਕਰਦਾ ਹੁਣ ਉਹ ਬਸ ਕਰੀ ਆ ਹੈ ਉਹ ਕਾਲ ਕਰ ਹੈ ਉਹ ਅੱਛਾ ਹਾਂ ਇੱਥੇ ਫਿਰ ਤੁਸੀਂ ਕੌਣ ਕੌਣ ਰਹਿੰਦੇ ਹੋ ਰੇ ਇਸ ਮਕਾਨ ਚ ਮਕਾਨ ਤੋਂ ਬਾਈ ਇੱਜੇ ਮਕਾਨਾਂ ਤੋਂ ਇਹ ਕੋਈ ਨਹੀਂ ਦਾ ਖਤਮ ਹੋ ਲੈ ਇਹ ਤਾਂ ਖੋਲੇ ਹੋ ਗਏ ਜੀ ਅੱਛਾ ਖਤਮ ਗਿਰ ਗਏ ਖਤਮ ਹੋ ਗਏ ਅੱਛਾ ਹਾਂ ਇਹ ਤਾਂ ਇਹਨਾਂ ਨੇ ਅਬ ਨਵੇਂ ਨਵੇਂ ਮਕਾਨਾਂ ਡਾਲ ਦੇਵੇ ਉਹਨਾਂ ਮਾ ਰਹੇ ਠੀਕ ਹੈ ਮਦਨ ਡਾਕਟਰ ਆਰਾਮ ਜੀ ਦੀ ਕੋਠੀ ਤਾਂ ਦੇਖ ਕੇ ਮੈਨੂੰ ਬਹੁਤ ਹਾਂ ਵੀਰ ਮਾਂ ਅੱਜ ਤੇ ਜੀ ਵਿਆਹ ਕੌਣ ਸੇ ਆਇਆ ਹੈ ਮੈਂ ਆਇਆ ਥਾ ਅੱਛਾ ਜੀ ਅੱਛਾ ਮੈਂ ਆਇਆ ਥਾ ਮਦਨ ਡਾਕਟਰ ਹਾਂ ਹਾਂ ਮਦਨ ਡਾਕਟਰ ਅੱਛਾ ਹਾਂ ਬੰਦਾ ਬੰਦਾ ਮੈਂ ਕਈ ਵਾਰ ਆਇਆ ਹਾਂ ਪਲਕ ਦੇ ਘਰ ਵਾਲੀ ਨਾ ਜੀ ਨਾ ਸਭ ਚੱਲ ਗਏ ਸਭ ਚੱਲ ਗਏ ਕੋਈ ਨਹੀਂ ਆਉ ਹਾਂਜੀ ਸਾਰੀ ਚੱਲ ਗਈ ਪੁਰਾਣੀ ਬੁੜੀਆਂ ਹਾਂ ਇੱਕ ਉਹ ਹੈ ਚਾਚੀ ਦੀ ਮਾਈ ਛੋਟੀ ਸੀ ਨਾ ਬਰੋ ਕੋਲ ਚਾਚੀ ਜੀ ਬੱਦ ਤੋਂ ਵੀ ਬਹੁਤ ਛੋਟੀ ਸੀ ਹੈ ਵੀ 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 ਬੁੜੀਆਂ ਰਹਿ ਗਈ ਸੀ ਉਹ ਵੀ ਗੁਜ਼ਰ ਗਈ ਹਾਂ ਦੋ ਬਾਪ ਵੀ ਤਾਂ ਹੈ ਸਾਰੀ ਹਾਂ ਠੀਕ ਹੈ ਉਹ ਹਾਂ ਕੁਣ ਪਾ ਤੁਹਾਡੇ ਕੋਲ ਹੀ ਰਹਿ ਕੇ ਗਈ ਸੀ ਮਿੱਤਰ ਹਾਂ ਬੰਬੀ ਹੈ ਮਤਲਬ ਇਹ ਕਹੋ ਦੂਰ ਗਈ ਹੈ ਚਾਚੀ ਤੁਸੀਂ ਕੀ ਕੰਮ ਕਰਦੇ ਬੱਚਾ ਤੁਹਾਡੀ ਭੈਣ ਹੈਗੀ ਦਿਆ ਹੈਗੀ ਡਾਕਟਰ ਦੀਨਾ ਨਾਥ ਹੈ ਯਹਾਂ ਉਹ ਮੇਰੇ ਪਾਸ ਕੰਪਾਊਂਡਰ ਰਹਾ ਹੈ ਦੀਨਾ ਨਾਥ ਕੰਪਾਊਂਡਰ ਰਹਾ ਹੈ ਇੱਥੋਂ ਦਾ ਦੀਨਾ ਨਾਥ ਜੀ ਹਾਂ ਮੇਰੇ ਕੋਲ ਕੰਪਾਊਂਡਰ ਹੈ ਪਹਿਲੂ ਵਾਲੇ ਅੱਛਾ ਅੱਛਾ ਉਸਕੋ ਫਿਰਨਾ ਗਿਆ ਕੋਈ ਸੂਟ ਦੇ ਕਰ ਗਿਆ ਥਾ ਸੂਟ ਔਰ ਚੱਪਲੇ ਦੀਨਾ ਨਾਥ ਕੋ ਸਾਥ ਲਾਇਆ ਥਾ ਚਲੋ ਸ਼ੁਕਰ ਹੈ।